ਸੋ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅੱਜ ਭਾਗਾਂ ਭਰੇ ਦਿਨ ਤੇ ਕਬੱਡੀ ਟੂਰਨਾਮੈਂਟ, ਸੋ ਭਾਗਾਂ ਵਾਲਿਆਂ ਵੀ ਏਦਾਂ ਦੇ ਇਵੈਂਟ ਦੇ ਵਿੱਚ ਵੀ ਇਕੱਠੇ ਹੋ ਕੇ ਹਾਜ਼ਰੀਆਂ ਲਾਉਣ ਦਾ ਮੌਕਾ ਮਿਲ ਰਿਹਾ ਜੀ। ਸੋ ਮੈਂ ਤੈਅ ਦਿਲੋਂ ਧੰਨਵਾਦ ਦਿਆਂ ਜੀ ਸਾਡੇ ਰਿਸਪੈਕਟਿਡ ਸਰ ਦਿਓ ਜੀ, ਯੂਕੇ ਵਾਲੇ। ਸਾਨੂੰ ਤਾਂ ਯੂਕੇ ਵੀ ਹੁਣ ਇੱਥੇ ਹੀ ਹੈ, ਕਨੇਡਾ ਵੀ ਇੱਥੇ ਹੀ ਹੈ, USA ਵੀ ਇੱਥੇ ਹੀ ਹੈ। ਸੋ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸੋ ਇਸੇ ਤਰ੍ਹਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀਆਂ ਲਾਈਆਂ ਨੇ। ਮੈਂ ਬਹੁਤਾ ਟਾਈਮ ਨਾ ਲੈਂਦੀ ਹੋਈ ਇੱਕ ਸੌਂਗ, ਉਹੀ ਸੌਂਗ ਤੁਹਾਡੇ ਰੂਬਰੂ ਕਰਾਂਗੀ ਜਿਸ ਸੌਂਗ ਦੇ ਨਾਲ ਮੇਰੀ ਹੁਣ ਮਾਰਕੀਟ ਦੇ ਵਿੱਚ ਪਹਿਚਾਣ ਬਣੀ ਹੈ ਕਿ ਸਾਡੇ ਸੜਦਾ ਮੁਹੱਲਾ ਸੜ ਲੈਣ ਦੀ ਗਲੀ ਚੋਂ ਲੰਘ ਦਿੱਤ ਮਿੱਤਰਾ। ਪਰ ਉਸ ਤੋਂ ਪਹਿਲਾਂ ਤੁਹਾਡੇ ਸਾਰਿਆਂ ਲਈ ਇੱਕ ਗੱਲ ਕਹਿਣਾ ਚਾਹਾਂਗੀ ਕਿ ਫਰਸ਼ੋ ਅਰਸ਼ ਤੇ ਹੁੰਦਿਆਂ ਦੇਰ ਨਾ ਲੱਗਦੀ ਏ, ਫਰਸ਼ੋ ਅਰਸ਼ ਤੇ ਹੁੰਦਿਆਂ ਦੇਰ ਨਾ ਲੱਗਦੀ ਏ, ਕੁੱਲੀਆਂ ਪੰਜੜ ਮਹਿਲ ਜਦੋਂ ਕਿਸਮਤ ਜਗਦੀ ਏ, ਕਿਸਮਤ ਵਿੱਚ ਹੋਵੇ ਰੋਟੀ ਤਾਂ ਰੋਟੀ ਰੜ ਹੀ ਜਾਂਦੀ ਏ, ਉਸ ਬਾਬੇ ਨਾਨਕ ਦੀ ਜੇ ਹੋ ਜੇ ਕਿਰਪਾ ਤਾਂ ਗੁੱਡੀ ਚੜ ਹੀ ਜਾਂਦੀ ਏ। ਸੋ ਤੁਸੀਂ ਵੀ ਬੜੇ ਭਾਗਾਂ ਵਾਲਿਆਂ ਦੀ ਗੁੱਡੀਆਂ ਚੜਾਈਆਂ ਪਈਆਂ ਇੱਦਾਂ ਦੇ ਕਬੱਡੀ ਟੂਰਨਾਮੈਂਟ 'ਚ, ਸੋਹਣੇ ਸੋਹਣੇ ਫੁੱਲ ਬਣ ਕੇ ਆਏ ਆ, ਕਿਆ ਬਾਤਾਂ, ਸਜੇ ਪਏ ਸਾਰੇ। ਸੋ ਆਪਣੇ ਆਪਣੇ ਨਾਂ ਦੀ ਜ਼ੋਰਦਾਰ ਤਾੜੀ ਲਾ ਦਿਓ ਜੀ। ਤਾੜੀ ਬੜੀ ਢਿੱਲੀ ਆਈ ਆ ਜੀ, ਕਿਆ ਬਾਤ ਹੈ। ਸੋ ਇੱਕ ਗਾਣੇ ਦੇ ਨਾਲ ਸਾਡੇ ਰੂਬਰੂ ਹੋ ਕੇ ਹਾਜ਼ਰੀ ਲਾਵਾਂਗੇ ਜੀ। ਗਾਣੇ ਦੀਆਂ ਲਾਈਨਾਂ, ਕੁੜੀ ਕਹਿੰਦੀ ਹੈ ਆਪਣੇ ਆਸ਼ਿਕ ਨੂੰ, ਨਾਲ ਬਾਕੀ ਆਸ਼ਿਕਾਂ ਨੂੰ ਮੈਸੇਜ ਵੀ ਦਿੰਦੀ ਹੈ, ਕਹਿੰਦੀ ਪਿਆਰ ਕਰੀ ਨਾ ਨਾ ਕਿਸੇ ਕੋਲੋਂ ਡਰ ਕੇ, ਜਿੰਦ ਰੱਖਣੀ ਤਲੀ ਤੇ ਸਦਾ ਧਰ ਕੇ। ਸੋ ਜਿਹੜੇ ਜਿਹੜੇ ਆਸ਼ਕ ਬੈਠੇ ਨੇ ਇੱਕ ਵਾਰੀ ਆਪਣੇ ਪਿਆਰ ਦੇ ਨਾਂ ਦੀ ਤਾੜੀ ਲਾ ਦਿਓ ਜੀ। ਭੈਣਾਂ ਨੇ ਤਾੜੀਆਂ ਨੀ ਲਾਈਆਂ, ਆਪਣੇ ਢੋਲੇ ਦੇ ਨਾਲ ਆਈਆਂ ਹੈਗੀਆਂ, ਤੁਸੀਂ ਵੀ ਆਸ਼ਕਾਂ 'ਚ ਕੋਈ ਜ਼ੋਰਦਾਰ ਤਾੜੀ ਲਾ ਕੇ ਕੀ ਕਹਿਣਾ ਜੀ। ਕੋਈ ਗੱਲ ਨਹੀਂ।
ਸੋ ਇਸੇ ਤਰ੍ਹਾਂ ਸਾਰਿਆਂ ਨੇ ਹੋਰ ਵੀ ਜਿਹੜੇ ਸਾਡੇ ਸੀਨੀਅਰ ਆਰਟਿਸਟ